ਦੇਸੀ ਗਰੂ ਦੇਸੀ ਗਰੂ ਦੇਖ ਮੇਰੇ ਸਾਰੇ ਨੇ ਕਿਵੇਂ ਘਰ ਨੂੰ ਕੰਜਰਖਾਨਾ ਬਣਾ ਰੱਖਿਆ ਉਹ ਸ਼ਰਮ ਕਰ ਲੋ ਕੰਜਰੋ ਸ਼ਰਮ ਉਹ ਜੱਗ ਜਾਣੀਏ ਖਵਾਨ ਵਾਲੇ ਤੁਸੀਂ ਆ ਮਾਵਾ ਧੀਆਂ ਨੂੰ ਉਹ ਚਿੱਟੇ ਤੇ ਦਾਨੋ ਤੋਲੀ ਜਾਂਦੇ ਹੋ ਤੁਹਾਨੂੰ ਕੋਈ ਸ਼ਰਮ ਜਿਹਾ ਹੈ ਕੋਈ ਉਹ ਤੁਹਾਨੂੂੰ ਕੋਈ ਸ਼ਰਮ ਹੈ ਬਾਪੂ ਸ਼ਰਮ ਨੂੰ ਕਿੱਡੀ ਗੱਲ ਆ ਸ਼ਰਮ ਨੂੰ ਕਿਹੜਾ ਬਈ ਅਸੀਂ ਨੰਗੇ ਹੋ ਗਏ ਨੱਚਦੇ ਨਾ ਬਾਪੂ ਆ ਸਿਆਣੇ ਕਹਿੰਦੇ ਨੇ ਜਿਹਨੇ ਕੀਤੀ ਸ਼ਰਮ ਸਾਰੇ ਉਹਦੇ ਬੂਟੇ ਕਰਮ ਹਾਂ ਬਾਈ ਮੈਂ ਤਾਂ ਕਹਿੰਦਾ ਨਾ ਆ ਬਾਪੂ ਮਾਂ ਵੀ ਦੋ ਤਿੰਨ ਪੈਗ ਤੂੰ ਵੀ ਮਾਂ ਤੇ ਰੱਤਾਂ ਵਾਹ ਜਾ ਠੀਕ ਹੋ ਜਾ ਕਿਵੇਂ ਨੇ ਹੈ ਹੋਰ ਨਾਲੇ ਚਾਚਾ ਅੱਜ ਨਹੀਂ ਪੀਤੀ ਤੇ ਫੇਰ ਕਦੋਂ ਪੀਤੀ ਔਰ ਨਾਲੇ ਚਾਚਾ ਤੈਨੂੰ ਪਤਾ ਨਹੀਂ ਪਾਲੀ ਯਾਰ ਦਾ ਓਏ ਨੋ ਨੋ ਸੌਰੀ ਸੌਰੀ ਸਟੇਟ ਲੈਵਲ ਕੋਟੀ ਦੇ ਖਿਡਾਰੀ ਦਾ ਜਨਮ ਦਿਨ ਹੈ ਚਾਚਾ ਜਨਮ ਦਿਨ ਉਹ ਇਸ ਘਰ ਦਾ ਕੀ ਉਹ ਪੂਰੇ ਪਿੰਡ 'ਚ ਟੂਕਾ ਪੈ ਗਿਆ ਟੂਕਾ ਮੇਰਾ ਸਾਲਾ ਜਨਮ ਦਿਨ ਯਾਦ ਰੱਖੇ ਤੂੰ ਪਿਓ ਪੁੱਤ ਯਾਰੇ ਮੈਂ ਪਾਲੀ ਗੱਲ ਜਨਮਦਿਨ ਦੀ ਨੀ ਉਹ ਮੈਂ ਪਿੰਡ ਵਿੱਚ ਕਿਹਦਾ ਕਿਹਦਾ ਮੂੰਹ ਬੰਦ ਕਰੂੰ ਵੀ ਸਰਦਾਰ ਦਾ ਮੁੰਡਾ ਹੋ ਕੇ ਆਹ ਕਿਹੋ ਜਿਹੇ ਕੰਮ ਕਰਦਾ ਫਿਰਦਾ ਉਹ ਕਿਉਂ ਮੇਰੀ ਚਿੱਠੀ ਦਾੜੀ ਵਿੱਚ ਥੇ ਪਾਉਣਾ ਫਿਰਦਾ ਕੀ ਲੋੜ ਆ ਲੋਕਾਂ ਦੇ ਮੂੰਹ ਬੰਦ ਕਰਨ ਦੀ ਆਹ ਲੋਕਾਂ ਨੇ ਤਾਂ ਕੰਮ ਹੀ ਬੋਲਣ ਦਾ ਜੇ ਚੰਗਾ ਕੰਮ ਕਰੋ ਬਾਈ ਤਾਂ ਵੀ ਬੋਲਦੇ ਨੇ ਜੇ ਮਾੜਾ ਕਰੋ ਫਿਰ ਤਾਂ ਬੋਲਣਾ ਹੀ ਬੋਲਣਾ ਨਾਲੇ ਬਾਪੂ ਮੈਂ ਨਹੀਂ ਡਰਦਾ ਲੋਕਾਂ ਲੁੱਕਾਂ ਤੋਂ ਨਾਲੇ ਬਾਪੂ ਗੱਲ ਸੁਣ ਅੱਜ ਮੇਰਾ ਜਨਮ ਦਿਨ ਤੇਰੇ ਪੁੱਤ ਦਾ ਓਏ ਕਰਮਾ ਸਹੀ ਕਹਿੰਦਾ ਜੀ ਆਹ ਪਿੰਡ ਦਾ ਕੀ ਆਲੇ ਦੁਆਲੇ ਦੇ ਪਿੰਡ ਦੀ ਟੁੱਕਾ ਪੈਣੀ ਆ ਓਏ ਇਹ ਪਾਲੀ ਜੇ ਤੈਨੂੰ ਇਹੀ ਕੰਜਾ ਖਾਣਾ ਕਰ ਲੈਣਾ ਤਾਂ ਤੂੰ ਵੀ ਨਿਕਲ ਜਾ ਮੇਰੇ ਘਰੋਂ ਬਾਹਰ ਹੋ ਮੈਂ ਤੇਰੇ ਲਈ ਮਰ ਗਿਆ ਤੇ ਤੂੰ ਮੇਰੇ ਲਈ ਨਿਕਲ ਜਾ ਮੇਰੇ ਘਰੋਂ ਬਾਹਰ ਆਹੋ ਨਿਕਲ ਜਾ ਮੈਂ ਤੇਰੇ ਘਰੋਂ ਬਾਹਰ ਆ 10,000 ਦਾ ਕੀ ਮੰਗਿਆ ਘਰੋਂ ਬਾਹਰ ਕਰਦੇ ਹੁਣ ਆ 9ਵੀਂ ਕਲਾਸ 'ਚ ਪੜ੍ਹਦਾ ਸੀ ਜਦੋਂ ਮੇਰੀ ਮਾਂ ਵਰ ਗਈ ਸੀ ਤੁਹਾਡੇ ਕੋਲ ਹੁਣ ਤੂੰ ਛੱਡ ਦੇ ਮੈਨੂੰ ਨਹੀਂ ਵੈਸੇ ਨਹੀਂ ਸਾਇਆ ਤੇਰੇ ਗਰੀਬ ਖਾਨੇ 'ਚ ਦੋ ਟਾਈਮ ਦੀ ਰੋਟੀ ਮਸਾ ਜੁੜਦੀ ਆ ਬਾਈ ਹੈ ਨਾ ਤੈਨੂੰ ਛੱਡ ਕੇ ਉਹ ਅੱਗੇ ਬੜਾ ਤੂੰ ਮੈਨੂੰ ਤਾਜ ਮਹਿਲ 'ਚ ਰੱਖਿਆ ਹੈ ਸਾਰੇ ਭੁੱਖੇ ਮਰਦੇ ਨੇ ਨਾ ਕਿੱਥੇ ਚੱਕ ਲੈ ਝੋਲਾ ਸਾਰੇ ਤੈਨੂੰ ਛੱਡ ਕੇ ਨਹੀਂ ਰਹਿਣਾ ਤੇਰੇ ਕੁੱਤਖਾਨੇ 'ਚ ਨਾ ਹੁਣ ਮਾਂ ਪਿਓ ਆਪਣੇ ਬੱਚੇ ਨੂੰ ਨਹੀਂ ਕਹਿ ਸਕਦੇ ਵੀ ਪੁੱਤ ਇਹ ਰਸਤਾ ਸਿਵਿਆਂ ਨੂੰ ਜਾਂਦਾ ਉਹ ਇਹ ਰਸਤੇ ਤੇ ਮੌਤ ਫਿਰਦੀ ਆ ਨਹੀਂ ਨਾ ਕਹਿ ਨਹੀਂ ਸਾਨੂੰ ਕੁਝ ਕਹਿੰਦਾ ਬਾਪੂ ਪਹਿਲਾਂ ਵਾਲੇ ਕਹਿ ਸਕਦੇ ਹੋਣਗੇ ਪਰ ਆ ਜਿੰਨੇ ਅੱਜ ਵਾਲੇ ਜਵਾਕ ਖੜੇ ਨੇ ਨਾ ਇਹਨਾਂ ਨੂੰ ਇਹਨਾਂ ਦੇ ਮਾਂ ਬਾਪ ਨਹੀਂ ਕਹਿ ਸਕਦੇ ਚੱਲ ਚੰਗਾ ਪੁੱਤ ਮੈਂ ਤਾਂ ਬਹੁਤ ਵੱਡੀ ਗੱਲ ਕੀਤੀ ਪੁੱਤ ਮੈਨੂੰ ਛੱਡ ਕੇ ਨਾ ਜਾ ਪੁੱਤ ਬਾਪੂ ਮੇਰੇ ਤੋਂ ਮਾਫੀ ਨਾ ਮੰਗਾ ਚਲੋ ਮੇਰੇ ਯਾਰ ਸਾਹਮਣੇ ਮੇਰੀ ਬੇਇੱਜ਼ਤੀ ਕਰੀ ਉਹਨੂੰ ਨਹੀਂ ਤੈਨੂੰ ਪਤਾ ਲੱਗਿਆ ਅਗਲਾ ਕੀ ਦੱਸੂਗਾ ਪੰਡੇ ਜਾ ਕੇ ਕਿ ਸਟੇਟ ਲੈਵਲ ਦੇ ਕਬੱਡੀ ਦੇ ਖਿਡਾਰੀ ਨਾਲ ਆ ਕੁਛ ਹੁੰਦਾ ਗਾ ਪੁੱਤ ਮੈਂ ਤੇਰੇ ਸਾਰੇ ਦੋਸਤਾਂ ਮਾਫੀ ਮੰਗ ਪੁੱਤ ਮੈਨੂੰ ਛੱਡ ਕੇ ਨਾ ਜਾ ਪੁੱਤ ਮੈਂ ਤੇਰੇ ਛੱਡ ਕੇ ਨਾ ਜਾ ਪੁੱਤ ਮੈਂ ਤੇਰੇ ਛੱਡ ਕੇ ਨਾ ਜਾ ਪੁੱਤ ਬਾਈ ਹੁਣ ਤੇਰੇ ਤੋਂ ਕੀ ਲੁਕੋਆ ਯਾਰ ਮੈਂ ਬਾਈ ਮੈਂ
ਕਰ ਛੱਡਿਆ ਯਾਰ। ਕੀ ਤੂੰ ਘਰ ਛੱਡਾ ਆ? ਹਾਂ ਬਾਈ ਤੂੰ ਘਰ ਛੱਡਾ। ਉਹ ਚੱਲ ਕੋਈ ਗੱਲ ਨੀ, ਓਏ ਤੂੰ ਆਪਣੇ ਯਾਰ ਘਰ ਰਹਿ ਬਾਈ ਤੇਰੇ ਕੋਲ। ਓਏ ਹਾਂ ਲੈ ਦੱਸ, ਨਾਲੇ ਯਾਰ ਕਹੀ ਜਾਂਦਾ ਨਾਲੇ ਕਿ ਨਾ ਤੂੰ। ਹਾਂ ਤੂੰ ਮੇਰੇ ਘਰ ਰਹਿ, ਚੱਲ ਤੂੰ ਮੇਰੇ ਘਰ ਚੱਲ ਬਾਈ। ਯਾਰ ਮੈਨੂੰ ਤਾਂ ਯਾਰ ਟੈਂਸ਼ਨ ਲੱਗੀ ਹੋਈ ਸੀ ਯਾਰ, ਮੈਂ ਕਿੱਥੇ ਰਹੂੰਗਾ ਬਾਈ। ਉਹ ਐਵੇਂ ਨਿੱਕੀਆਂ ਨਿੱਕੀਆਂ ਗੱਲਾਂ ਟੈਂਸ਼ਨ ਨਾ ਲਿਆ ਕਰ, ਉਹ ਤੇਰਾ ਬਾਈ ਬੈਠਾ ਨਾ ਕਰਮਾ। ਚੱਲ ਜੇ ਤੈਨੂੰ ਟੈਂਸ਼ਨ ਆ ਨਾ, ਤੇਰੀ ਟੈਂਸ਼ਨ ਵੀ ਦੂਰ ਕਰਦਾ ਅੱਜ ਮੈਂ, ਭੁੱਲ ਜਾਊਂਗਾ ਟੈਂਸ਼ਨਾਂ ਨੂੰ ਵੀ। ਇਹ ਆਹ ਦੇਖੀ, ਆਹ ਦੇਖ ਓਏ ਬਾਈ, ਆਹ ਕੀ ਚੀਜ਼ ਆ? ਮੈਂ ਤੇਰੀ ਟੈਂਸ਼ਨ ਦੂਰ ਕਰੂੰਗੀ, ਹੋਰ ਕੀ। ਤੂੰ ਐਂ ਕਰ ਇੱਕ ਵਾਰੀ ਲਾ ਕੇ ਦੇਖ ਬਾਈ। ਕੋਈ ਦਵਾਈ ਆ? ਉਹ ਕਹਿੰਦਾ ਦਵਾਈ ਦੱਸੋ, ਉਹ ਦਵਾਈਆਂ ਕੀ ਰੀਸ ਕਰੂੰਗੀ ਇਹਦੀਆਂ। ਤੂੰ ਐਂ ਕਰ ਇੱਕ ਵਾਰੀ ਲਾ, ਫਿਰ ਦੇਖੀ ਤੂੰ ਸਵਾਦ ਆਉਣਾ ਬਾਈ। ਯਾਰ ਮੈਨੂੰ ਤਾਂ ਕੋਈ ਨਸ਼ਾ ਪੱਤਾ ਜਿਹਾ ਲੱਗਦਾ ਯਾਰ। ਤੇਰਾ ਕਰਮਾ ਬਾਈ ਤੈਨੂੰ ਨਸ਼ੇ ਤੇ ਲਾਊਗਾ। ਛੱਟ ਯਾਰ ਕਿਹੋ ਜਿਹੀ ਗੱਲ, ਛੱਟ ਯਾਰ ਇਹੋ ਜਿਹੀ ਗੱਲ। ਯਾਰ ਕਰਮੇ ਪਤਾ ਕੀ ਗੱਲ ਹੈ, ਉਹ ਵੀ ਜਨਮ ਦਿਨ ਤੇ ਮੈਂ ਇੱਕ ਦੋ ਪੈਗ ਲਾ ਲਿਆ ਯਾਰ, ਪਰ ਆਹ ਕੁਛ ਨਹੀਂ ਯਾਰ ਮੈਂ ਕਰਦਾ। ਆਹ ਪੁੱਛਦਾ ਕੀ ਮਤਲਬ? ਉਹ ਮੈਂ ਤੈਨੂੰ ਕੁਝ ਗਲਤ ਰਾਸਤੇ ਤੇ ਤੋਰੂੰਗਾ। ਉਹ ਯਾਰ ਤੂੰ ਲਾ ਤਾਂ ਫਿਰ ਇੱਕ ਵਾਰੀ ਆਪ ਹੀ ਪਤਾ ਲੱਗ ਜੂਗਾ ਬਾਈ। ਯਾਰ ਤੈਨੂੰ ਪਤਾ ਲੱਗ ਗਿਆ ਯਾਰ, ਪਰਸੋਂ ਨੂੰ ਕਬੱਡੀ ਦਾ ਟੂਰਨਾਮੈਂਟ ਆ ਯਾਰ। ਓਏ ਬਸ ਫਿਰ, ਉਹ ਰੇਟਾਂ ਵੀ ਇਹਦੇ ਨਾਲ ਹੀ ਪੈਣੀਆਂ। ਮੈਂ ਨੌਕ ਦਾ ਮੈਚ ਵੀ ਇਹਨੇ ਜਿਤਾਉਣਾ ਤੈਨੂੰ। ਹੋਏ ਕੱਪੜੇ ਪਾਟੇ ਹੋਏ
ਬਾਪੂ ਨੂੰ ਕਹਿੰਦਾ ਬਾਪੂ ਬਾਪੂ ਤੇਰਾ ਪੁੱਤ ਪਾਲੀ ਆ ਗਿਆ ਬਾਪੂ ਮੇਰਾ ਮਤਲਬ ਫਿਰ ਕੀ ਹੋਇਆ ਸਮਾਨ ਹੋ ਗਿਆ ਸਮਾਨ ਬਹੁਤ ਤੇਰੇ
ਨਹੀਂ ਪਰ ਮੇਰੀ ਗੱਲ ਸੁਣ ਕਰ ਪਾਲੀ ਬਾਈ ਯਾਰ ਆਪਾਂ ਨਾ ਥੋੜ੍ਹਾ ਰੂਲ ਚੇਂਜ ਕਰਦੇ ਬਾਈ ਪਹਿਲਾਂ ਅਸੀਂ ਬੜੀ ਕਰ ਲਈ ਸਮਾਨ ਸੇਵਾ ਕਿ ਚੱਲ ਆਪਣੇ ਯਾਰ ਦੋਸਤ ਹੈ ਸਮਾਨ ਦੇ ਦੋ ਪਰ ਹੁਣ ਨਹੀਂ ਹੁਣ ਪਹਿਲਾਂ ਪੈਸਾ ਫਿਰ ਸਮਾਨ ਬਾਈ ਪੈਸੇ ਵੀ ਦੇਖਣੇ ਯਾਰ ਪੈਸੇ ਦੀ ਕਿੱਡੀ ਗੱਲ ਆ ਦੋ ਸਾਲ ਵੀ ਤਾਂ ਤੇਰੇ ਕੋਲ ਹੀ ਰਿਹਾ ਯਾਰ ਮੈਂ ਕਿੰਨਾ ਸਮਾਨ ਦਿੱਤਾ ਤੈਨੂੰ ਦੋ ਸਾਲ ਪਰ ਬਾਈ ਹੁਣ ਨੀ ਹੁਣ ਤਾਂ ਪਹਿਲਾਂ ਪੈਸਾ ਲੈ ਗਿਆ ਤੇ ਸੰਜੀਵ ਨੇ ਬੂਟੀ ਲੈ ਜਾ ਕਿੰਨਾ ਹਿਸਾਬ ਆਪਣੇ ਕੋਲ ਹਾਂ ਬਾਈ ਬਾਈ ਉਹ ਬੇਬੇ ਵਾਲੇ ਗਹਿਣੇ ਪਏ ਨੇ ਬਾਪੂ ਦੇ ਸਲੂਕ ਚ
ਸਾਰੇ ਨੇ ਦੋ ਮਿੰਟ ਵੇਟ ਕਰੋ।